ڈٹ کے بولو سبحان اللہ. توجہ میرے احمد بن فائی سلام بھیجتے دل کی تا مدینے جان کہ احمد بن فائی ٹھہر جا کچھ وقت گزار اللہ دی کرم نوازی ہوگی دل وچ ہوپ سی مصطفیٰ دی. جان جسی لوگ جانے عمرے شریف سے حج کرنے واسطے جانے کافلے جاندے این جی احمد بن فائی نے یار کٹھے کر لے تے کٹھے کر کے نا یار کعبۃ اللہ دے وچ پہنچے تے کعبۃ اللہ دا کیتا طواف تے احمد بن فائی دے یار نال آن تے احمد بن فائی نے کہہ لگے بھائی اسا طواف کر لیا تے چلیے مدینے آ لے آئے ہائے ہائے چلیے مدینے والے یار کہنے لگے احمد بن فائی مدینے چلائیں جدی بارگاہ چ چلنا تو کچھ کچھ منگنا بھی ہے یا نہیں وے زندہ نبی دی گل تو جو کر میرے کچھ منگنا ہی احمد بن فائی کہنے لگا سیر دی ہو جاؤ اے میرے تے میرے آقا دا راز ہے جو میرا دل کیتا میں منگنا گا تسی کون ہوندے ہو پوچھن والے ناتا پڑھنا لے بیلیو تسی بولو سبحان اللہ یا سارے میں نے بڑا مزہ آ رہا ہے زندہ نبی دا ذکر کر رہا احمد بن فائی رحمت اللہ تعالی لے آپ کہندے نے جدو کعبے دا طواف کیتا طواف کر کے مدینے والے چلاوا لوکی پوچھ دین احمد بن فائی ساری زندگی آیا نہیں آقا دی بارگاہ چ کیا جا رہے ہیں بول کی منگے گا بول کی منگے گا یار کہہ لگے احمد بن فائی کہندے کوئی گڈیاں منگے کوئی کارا منگے کوئی دولت منگے میں منگنا کچھ نہیں کہنا سونیا آ جاوا تسی اپنا ہاتھ باہر کڈو میں تڑے ہاتھاں دے نال اپنا ہاتھ مس کرنا چاہنا وا جدو انہیں گل کہی ہونا احمد بن فائی جا رہے آوے چل دیا جڑے مدینے گئے نے پوچھ لو جدو بندہ مدینے جاندے کوٹھیاں نظر نہیں آندیاں سب تو پہلے دل چار دور رکھ دے سونیا آ گیا سب تو پہلے تیرے گنب نظر آ جا گمبا نظر آیا تے پڑھ دائے گا اے سبز گمبا دیوا لے سبز گمبا دیوا لے منظور دوا کرنا گونج پا کے پڑھو اے سبز گمبا دیوا لے سبز دوا کرنا سبز گمبا دیوا لے دعا کرنا مولا چڑے محبت نہ پڑ یا اللہ اج رات کار جاوے اکھ لگے آقا دا دیدار ہو جاوے پھر کے پڑ سفز گمت وا لے سفز منظور دوا کرنا
ਰੱਬ ਵਖਤ ਨਜ਼ਾਇਆ ਚਾਪ ਵਖਤ ਨਜ਼ਾਇਆ ਕੁਰਬਾਨ ਜਾਵਾ ਅਹਿਮਦ ਬਿਨ ਭਾਈ ਰਹਿਮਤੁਲਾਹ ਤਾਲਾ ਨੇ ਆਪ ਕਹਿੰਦੇ ਨੇ ਮਜਰੋ ਜ਼ੂਰ ਦੇ ਦਰ ਤੇ ਪਹੁੰਚਿਆ ਲੋਕੀ ਕਹਿੰਦੇ ਨਬੀ ਮਰ ਗਿਆ ਮਾਜ਼ੱਲਾ ਲੋਕੀ ਕਹਿੰਦੇ ਨਬੀ ਜ਼ਿੰਦਾ ਨਹੀਂ ਸੁਣ ਲੋ ਜਿਹੜੇ ਗੱਲ ਕਹਿੰਦੇ ਬਦਬਖਤਰ ਅਹਿਮਦ ਬਿਨ ਭਾਈ ਕਹਿੰਦੇ ਮੈਂ ਜਾ ਕੇ ਹਜ਼ੂਰ ਦੇ ਰੋਲੇ ਖੜਾ ਹੋ ਗਿਆ ਅੱਖਾਂ ਬੰਦ ਨੇ ਹੱਥ ਬੰਨੇ ਨੇ ਕਿਆ ਸੋਨਿਆ ਸੋਨਿਆ ਗੁਲਾਮ ਆਇਆ ਹੈ ਤੇਰੀ ਬਾਰਗਾਹ ਚ ਆਇਆ ਹੈ ਸੋਨਿਆ ਬੜੀਆਂ ਨਿਸ਼ਤਾਂ ਲੈ ਕੇ ਆਇਆ ਹੈ ਸੋਨਿਆ ਆਪਣਾ ਹੱਥ ਬਾਹਰ ਕੱਢ ਜੋ ਇੰਨੀ ਗੱਲ ਕੀਤੀ ਅਹਿਮਦ ਬਿਨ ਭਾਈ ਕਹਿੰਦੇ ਨੇ ਮੈਂ ਕਰ ਰਿਹਾ ਵਾ ਕਰਦਿਆਂ ਕਰਦਿਆਂ ਮੇਰੇ ਆਕਾ ਨੇ ਆਪਣਾ ਹੱਥ ਬਾਹਰ ਕੱਢਿਆ ਹੱਥ ਬਾਹਰ ਕਹਿੰਦੇ ਬਾਹਰ ਹੱਥ ਆਇਆ ਅਹਿਮਦ ਬਿਨ ਭਾਈ ਕਹਿੰਦੇ ਜਦੋਂ ਹੱਥ ਆਇਆ ਨਾ ਬਾਹਰ ਮੈਂ ਮਹਿਬੂਬ ਦਾ ਹੱਥ ਫੜਿਆ ਹੱਥ ਫੜ ਕੇ ਸੀਨੇ ਨਾਲ ਆਇਆ ਤੁਝੇ ਮੇਰੇ ਨਾਲ ਮੈਂ ਬੜੀ ਵੱਡੀ ਕਿਆਸ ਪੇਸ਼ ਕਰ ਲਿਆ ਤੁਝੋ ਹੱਥ ਫੜ ਕੇ ਸੀਨੇ ਨਾਲ ਆਇਆ ਚਿਹਰੇ ਤੇ ਮਲਿਆ ਕਿੰਨੇ ਹਜ਼ਾਰ ਅਫਰਾਦ ਨੇ ਵੇਖਿਆ ਇਹ ਗੱਲ ਹੱਕਾ ਹੈ ਤੋਗਾ ਗੁਲਦਸਤਾ ਅਸ਼ਰਫ ਅਲੀ ਥਾਨਵੀ ਪਗਾਨਿਆਂ ਦਾ ਮਾਮਲਾ ਇਹ ਗੱਲ ਉਹਨੇ ਆਪਣੀ ਕਿਤਾਬ ਚ ਨਕਲ ਕੀਤੀ ਅੱਜ ਜਿਹੜੀ ਮੈਂ ਗੱਲ ਕਰ ਰਿਹਾ ਉਹ ਸੁਣੀਓ ਤਵੱਜੋ ਅਹਿਮਦ ਬਿਨ ਭਾਈ ਨੇ ਪੁੱਛਿਆ ਅਹਿਮਦ ਬਿਨ ਭਾਈ ਇੱਕ ਗੱਲ ਤੇ ਦੱਸ ਪੁੱਛਿਆ ਸਰਕਾਰ ਕੀ ਗੱਲ ਫਰਮਾਇਆ ਇੰਨੀ ਆਦੂ ਕਾਹਤੋਂ ਕੀਤੀ ਆ ਕਿ ਜ਼ਰੂਰ ਤੁਸੀਂ ਆਪਣਾ ਹੱਥ ਬਾਹਰ ਕੱਢੋ ਅਹਿਮਦ ਬਿਨ ਭਾਈ ਕਹਿੰਦੇ ਨੇ ਮੈਂ ਪੜ੍ਹਿਆ ਸੀ ਗੱਲ ਸੈਦਾ ਫਾਤਮਾ ਤੋਂ ਜ਼ਹਰਾ ਇੱਕ ਦਿਨ ਸੈਦਾ ਪਾਕ ਰੋਟੀਆਂ ਪਈਆਂ ਲਾਂਦੀਆਂ ਤੇ ਰੋਟੀਆਂ ਲਾਂਦਿਆਂ ਲਾਂਦਿਆਂ ਮੇਰੇ ਆਖਾਂ ਆ ਗਏ ਕਿਆ ਬੇਟੀ ਸਾਈਡ ਤੇ ਹੋ ਸੈਦਾ ਫਾਤਮਾ ਤੋਂ ਜ਼ਹਰਾ ਨੂੰ ਸਾਈਡ ਤੇ ਕੀਤਾ ਤੇ ਮੇਰੇ ਆਖਾਂ ਨੇ ਪੇੜਾ ਬੰਨਿਆ ਪੇੜਾ ਬੰਨ ਕੇ ਲਾਈ ਰੋਟੀ ਰੋਟੀ ਲਾਈ ਤੇ ਸੈਦਾ ਮੇਰੇ ਆਖਾਂ ਰੋਟੀ ਲਾ ਕੇ ਸਾਈਡ ਤੇ ਆ ਗਏ ਫਰਮਾਇਆ ਬੇਟੀ ਰੋਟੀਆਂ ਲਾ ਰੋਟੀਆਂ ਲਾਉਣ ਵਾਸਤੇ ਗਈਆਂ ਤੇ ਕਹਿੰਦੇ ਜਿਹੜੀ ਰੋਟੀਆਂ ਮੈਂ ਲਾਈਆਂ ਉਹ ਪੱਕ ਗਈਆਂ ਜਿਹੜੀ ਆਕਾ ਨੇ ਲਾਈਆਂ ਨੂੰ ਅੱਗ ਨੇ ਛੂਹਿਆ ਹੀ ਕੋਈ ਨਹੀਂ ਛੂਹਿਆ ਹੀ ਕੋਈ ਨਹੀਂ ਤੇ ਜਦੋਂ ਅੱਗ ਨੇ ਨਾ ਛੂਹਿਆ ਹੋਰ ਕਹਿੰਦੀਆਂ ਨੇ ਜਦੋਂ ਅੱਗ ਨੇ ਨਾ ਛੂਹਿਆ ਅੱਗ ਨੇ ਜਦੋਂ ਨਾ ਛੂਹਿਆ ਕਹਿਣ ਲੱਗੀਆਂ ਬਾਬਾ ਜੀ ਅੱਗ ਨੇ ਛੂਹਿਆ ਨਹੀਂ ਅੱਗ ਨੇ ਛੋਇਆ ਨਹੀਂ ਇਹਦੀ ਕੀ ਵਜ੍ਹਾ ਵੇ ਆਪ ਮੇਰੇ ਆਕਾ ਨੇ ਫਰਮਾਇਆ ਬੇਟੀ ਇਹ ਦੁਨੀਆ ਦੀ ਅੱਗੇ ਸੁਣ ਲੈ ਇਹ ਦੁਨੀਆ ਦੀ ਅੱਗੇ ਜਿਹੜਾ ਮੇਰਾ ਗੁਲਾਮ ਏ ਮਨੋ ਮੰਨਦਾ ਏ ਉਹਨੂੰ ਜਹਨਮ ਦੀ ਅੱਗ ਛੂਹਣਾ ਹੀ ਕੋਈ ਨਹੀਂ